जी ਤੁਹਾਡਾ ਸਾਰਿਆਂ ਦਾ ਸਵਾਗਤ ਹੈ ਸੌਂਕੀ ਪੰਜਾਬ ਫੇਸਬੁੱਕ ਪੇਜ ਤੇ। ਇਹ ਜਿਹੜਾ ਤੁਸੀਂ ਦੇਖ ਰਹੇ ਹੋ ਨਾ ਵੈਲਕਮ ਟੂ ਮਾਈ ਗਾਰਡਨ ਤੇ ਆ ਸਾਰਾ ਕਰਿਆ ਹੋਇਆ ਹੈ। ਇਹ ਗੱਲ ਆ ਜਾਂਦੀ ਹੈ ਸ਼ੌਂਕ ਦੀ। ਇਸ ਸ਼ੌਂਕ ਤੁਸੀਂ ਦੇਖ ਲਓ ਵੀ ਕਿੱਥੋਂ ਤੱਕ ਪਹੁੰਚਾਇਆ ਹੋਇਆ। ਵੀ ਕਈ ਵਾਰ ਆਪਾਂ ਆਪਦੇ ਰਹਿਣ ਵਾਸਤੇ ਚੰਗਾ ਪ੍ਰਬੰਧ ਨਹੀਂ ਕਰਦੇ ਹੁੰਦੇ ਮੰਨ ਕੇ ਚੱਲੋ, ਪਰ ਜਾਨਵਰਾਂ ਵਾਸਤੇ ਸ਼ੌਂਕ ਦੀ ਗੱਲ ਹੁੰਦੀ ਹੈ ਵੀ ਆਪ ਬੰਦਾ ਭਾਵੇਂ ਕਿੱਥੇ ਮਰਜ਼ੀ ਰਹੇ ਪਰ ਜਾਨਵਰਾਂ ਵਾਸਤੇ ਕਈ ਵੀਰ ਸਾਡੇ ਧਿਆਨ ਨਹੀਂ ਦਿੰਦੇ, ਪਰ ਜਿਹੜੇ ਧਿਆਨ ਦਿੰਦੇ ਆ ਉਹਨਾਂ 'ਚ ਇਹੋ ਜਿਹੇ ਬਾਈ ਵੀ ਨੇ ਜਿਨ੍ਹਾਂ ਨੇ ਵਧੀਆ ਸ਼ੌਂਕ ਦੇ ਜਿਵੇਂ ਕਹਿੰਦੇ ਹੁੰਦੇ ਆ ਹੈ ਨਾ ਕਬੂਤਰ ਉਡਾਉਂਦੇ ਆ, ਅਤੇ ਉਹਨਾਂ ਵਿੱਚ ਹੀ ਨਾਂ ਗਾ ਕਬੂਤਰਬਾਜ਼ੀ ਵਾਲਿਆਂ ਦੇ ਵਿੱਚ ਇੱਕ ਨਾਮ ਹੈ ਸੀਰਾ ਹਰੀਗੜੀਆ। ਜਿਹੜਾ ਸੀਰਾ ਹਰੀਗੜ੍ਹ ਦਾ ਬਾਈ ਹੈ, ਕਿਤੇ ਵੀ ਕੋਈ ਕਬੂਤਰਾਂ ਦੀ ਬਾਜ਼ੀ ਹੁੰਦੀ ਹੈ ਤਾਂ ਇਹਨੂੰ ਬਾਈ ਨੂੰ ਕਹਿੰਦੇ ਕਾਪੀ ਵਾਸਤੇ ਬੁਲਾਇਆ ਜਾਂਦਾ ਸਪੈਸ਼ਲ। ਜਿਹੜੇ ਵੀਰ ਇਸ ਦਾ ਸ਼ੌਂਕ ਰੱਖਦੇ ਆ ਕਬੂਤਰਬਾਜ਼ੀ ਦਾ ਹੈ ਨਾ, ਉਹਨਾਂ ਨੂੰ ਪਤਾ ਹੋਊਗਾ ਵੀ ਕਾਪੀ ਕੌਣ ਫੜਦਾ। ਕਾਪੀ ਕਹਿੰਦੇ ਉਹ ਬੰਦੇ ਨੂੰ ਫੜਾਈ ਜਾਂਦੀ ਹੈ ਜਿਹੜਾ ਇਮਾਨਦਾਰ ਹੁੰਦਾ ਹੈ ਨਾ, ਕਿਉਂ ਜਿਹਨੇ ਕਾਪੀ ਫੜਨੀ ਹੁੰਦੀ ਹੈ ਉਹ ਕਈ ਵਾਰ ਕਬੂਤਰ ਅੱਗੇ ਪਿੱਛੇ ਵੀ ਕਰ ਜਾਂਦਾ ਜਾਂ ਲਾਲਚ ਵੱਸ ਹੋ ਕੇ ਕੋਈ ਬੇਈਮਾਨੀ ਵੀ ਕਰ ਦਿੰਦਾ। ਸੋ ਹੁਣ ਮੈਂ ਤੁਹਾਨੂੰ ਮਿਲਾਉਣਾ, ਬਾਈ ਅੰਦਰ ਫਿਰਦਾ ਹੈ ਮੇਰੇ ਹਿਸਾਬ ਨਾਲ ਬਾਈ ਕੋਲੇ। ਸੀਰੇ ਕੀ ਹਾਲ ਆ ਬਾਈ? ਅਤੇ ਪਹਿਲਾਂ ਤੁਹਾਨੂੰ ਇੱਕ ਵਾਰੀ ਤੇਰਾ ਮੋਬਾਈਲ ਨੰਬਰ ਬੋਲ ਵੀ ਜਿਹੜੇ ਬਾਈ ਸਾਡੇ ਨਾਲ ਜੁੜੇ ਹੋਏ ਨੇ ਵੀ ਉਹ ਤੁਹਾਨੂੰ ਕਈ ਵਾਰ ਕਿਸੇ ਨੇ ਕੋਈ ਰਾਏ ਲੈਣੀ ਹੋਵੇ ਅਤੇ ਮੋਬਾਈਲ ਨੰਬਰ ਦੱਸ ਦਿਆ ਉਹਦਾ। 95 71 99 97 99। ਫਿਰ ਸਾਨੂੰ ਹੁਣ ਥੋੜ੍ਹਾ ਜਿਹਾ ਆਪਦੇ ਆ ਸ਼ੌਂਕ ਬਾਰੇ ਜਾਣਕਾਰੀ ਦੇ ਵੀ ਕਿਵੇਂ ਐਡਾ ਵੱਡਾ ਸ਼ੌਂਕ ਪਾਲੀ ਖੜਾ। ਬਸ ਸ਼ੌਂਕ ਤਾਂ ਬਚਪਨ ਦੇ ਪਿਆ ਵੀ ਮੈਨੂੰ। ਕਿੰਨੇ ਸਾਲ ਹੋ ਗਏ ਕਬੂਤਰ ਰੱਖਿਆ ਨੂੰ? ਮੇਰੀ ਉਮਰ 31 ਸਾਲਾਂ ਦੀ ਹੋ ਗਈ, 90 'ਚ ਜਨਮ ਆ ਮੇਰਾ। ਠੀਕ ਹੈ। 11 90 ਅਤੇ ਲਗਭਗ ਮੈਂ 10 ਕੁ ਸਾਲਾਂ ਜਦੋਂ ਕਬੂਤਰਾਂ ਪਿੱਛੇ ਜਾਣ ਲੱਗ ਗਿਆ ਸੀਗਾ। ਠੀਕ ਹੈ। 8 10 ਸਾਲਾਂ ਦਾ। ਠੀਕ ਹੈ। ਆਪਣੇ ਪਿੰਡ 'ਚ ਕਿਸੇ ਮੁੰਡੇ ਦੇ ਰੱਖੇ ਹੋਏ ਅਤੇ ਉਹਦੇ ਨਾਲ ਜਾਣ ਲੱਗ ਗਿਆ ਸੀਗਾ ਅਤੇ ਇਦੋਂ ਬਾਅਦ ਤਾਂ ਫਿਰ ਸ਼ੌਂਕ ਵੱਧ ਹੀ ਗਿਆ। ਠੀਕ। ਹੁਣ ਤੇਰੇ ਕੋਲ ਕਿੰਨੇ ਜਾਨਵਰ ਨੇਗੇ? ਲਗਭਗ ਹੋਊਗਾ 200 ਤੋਂ ਕਰੀਬ, 200 ਤੋਂ ਜ਼ਿਆਦਾ ਹੋਊ, ਘੱਟ ਨਹੀਂ ਹੋਊ, 200 ਤੋਂ ਵੱਧ ਹੋਣਗੇ ਹੈ ਨਾ। ਇਹ ਤੇਰੇ ਕੋਲ ਮਤਲਬ ਜਿਹੜੇ ਇਸ ਟਾਈਪ ਦੇ ਖੁੱਡੇ ਹੋ ਗਏ ਕਿੰਨੇ? 2 ਨੇਗੇ। 4 ਨੇ ਖੁੱਡੇ 3 ਬਣਾਏ ਹੋਏ ਆਪਣੇ ਟਾਕੀਆਂ 4 ਨੇ ਖੁੱਡੇ 3 ਬਣਾਏ ਹੋਏ ਨੇ ਇੱਕ ਮੈਨੂੰ ਬਾਜ਼ੀਆਂ ਦਾ ਸਿਸਟਮ ਦੱਸ ਵੀ ਜਿਵੇਂ ਤੂੰ ਬਾਜ਼ੀਆਂ ਤੇ ਜਾ ਕੇ ਕਾਪੀ ਫੜਾਉਂਦੇ ਤੈਨੂੰ ਹੈ ਨਾ, ਹਰੇਕ ਸਮੇਂ ਆਪਾਂ ਸੁਣਦੇ ਵੀ ਯਾਰ ਵੀ ਕਾਪੀ ਵਾਲਾ ਲਿਖਿਆ
ਬਾਅਦ ਹੀ ਪਤਾ ਲੱਗਦਾ ਗਾ ਠੀਕ ਹੈ ਕਿਉਂਕਿ ਇਹ ਤਾਂ ਹੈ ਨੀ ਵੀ ਉੱਥੇ ਕੱਲਾ ਕਾਪੀ ਵਾਲੇ ਦੇਖਣ ਵਾਲਾ ਹੁੰਦਾ ਕਾਪੀ ਵਾਲੇ ਨੂੰ ਦੇਖਣ ਵਾਲੇ ਵੀ 100 ਬੰਦਾ ਹੁੰਦਾ ਉੱਥੇ ਮਤਲਬ ਜੇ ਬੰਦਾ ਬੇਈਮਾਨੀ ਕਰਦੇ ਨੇ ਉਹ ਕੀ ਕਰ ਸਕਦੇ ਹੁੰਦੇ ਮਨ ਕਬੂਤਰ ਅੱਗੇ ਵੀ ਸੇ ਕਰ ਦਿੰਦੇ ਜਾਂ ਕਿਵੇਂ ਦਾ ਮੰਨ ਕੇ ਚੱਲੋ ਟਾਈਮ ਨਾ ਲਾਉਣਾ ਜਾਂ ਕਿਸੇ ਦਾ ਦੂਰਾ ਸੜਾਤਾ ਕਾਪੀ ਵਾਲਾ ਨਾਲ ਰਲ ਕੇ ਸ਼ੌਕ ਬਹੁਤ ਤਰ੍ਹਾਂ ਦਾ ਬਹੁਤ ਕੁਛ ਹੋ ਜਾਂਦਾ ਜਿਹਨੇ ਕਰਨਾ ਅੱਛਾ ਹਾਂ ਠੀਕ ਹੈ ਮੰਨ ਲਾ ਵੀ ਤੂੰ ਕਿੱਥੇ ਕਿੱਥੇ ਤੱਕ ਕਾਪੀ ਫੜਨ ਜਾਂਦਾ ਮੰਨ ਲਾ ਜਿਵੇਂ ਉਹ ਕਰਦੇ ਆਗੇ ਵੀ ਕਿੱਥੇ ਕਿੱਥੇ ਤੱਕ ਵੀ ਕਾਪੀ ਉਹ ਕਾਪੀ ਦਾ ਤਾਂ ਮੈਂ ਕਹਿੰਦਾ ਬਾਈ ਮੈਂ ਕੋਈ ਏਰੀਆ ਨਹੀਂ ਛੱਡਿਆ ਹੈਗਾ ਅੱਛਾ ਪੰਜਾਬ ਦੇ ਤਕਰੀਬਨ ਸਾਰੇ ਏਰੀਆ ਚ ਫਰੀਦਕੋਟ ਸਾਈਡ ਮੋਗਾ ਸਾਈਡ ਉੱਧਰ ਆਪਣਾ ਇਸ ਵਾਰ ਬਾਜੀ ਹੋਈ ਤੇ ਆਪਣੇ ਹੱਡਾਂ ਵਾਲੀ ਪਿੰਡ ਹੈਗਾ ਤਲਵੰਡੀ ਭਾਈ ਦੇ ਲਵੇ ਅੱਛਾ ਤੇ ਉੱਥੇ ਗਿਆ ਸੀ ਆਹ 7 ਤਰੀਕ ਨੂੰ ਗਿਆ ਸੀ ਮੈਂ ਠੀਕ ਹੈ ਤੇ ਆਪਣੇ ਏਰੀਏ ਚ ਤਾਂ ਆਪਣੇ ਤਾਂ ਜਿਵੇਂ ਆਪਣਾ ਸੰਗਰੂਰ ਬਰਨਾਲਾ ਜ਼ਿਲ੍ਹਾ ਚ ਤਾਂ ਆਮ ਹੀ ਰਹੀਦਾ ਹਰਿਆਣੇ ਤੱਕ ਵੀ ਹਾਂ ਤੇਰੇ ਕੋਲੇ ਮੰਨ ਲਾ ਵੀ ਬਾਜੀਆਂ ਵਾਲੇ ਕਿਹੜੇ ਕਿਹੜੇ ਕਬੂਤਰ ਨੇ ਹੈਗੇ ਇਹਨਾਂ ਚ ਹਾਂ ਹਾਂ ਇਹ ਸਾਰੇ ਬਾਜੀਆਂ ਵਾਲੇ ਕਬੂਤਰ ਤਕਰੀਬਨ ਆ ਜਿਹੜੇ ਬਾਹਰੇ ਫਿਰਦੇ ਆ ਹਾਂ ਯਾਨੀ ਕਿ ਉਹਨਾਂ ਦਾ ਮਾਂ ਪਿਓ ਆ ਅੱਛਾ ਮੰਨ ਲਾ ਵੀ ਜਿਹੜੇ ਬਾਜੀਆਂ ਦਾ ਮਾਂ ਪਿਓ ਆਪਾਂ ਡਾਉਣੇ ਕਿਸੇ ਹੋਰ ਘਰੇ ਆਂਗੇ ਉਧਰ ਮੁੰਡਾ ਹੋਰ ਆਪਣਾ ਪਿੰਡਾਂ ਦੇ ਵਿੱਚ ਆ ਠੀਕ ਹੈ ਉਹਨਾਂ ਦੇ ਕਿਹੜੇ ਡਾਉਣੇ ਮਤਲਬ ਇਹ ਇੱਥੋਂ ਤੁਸੀਂ ਬੱਚੇ ਤਿਆਰ ਕਰ ਲਏ ਬਰੀਡ ਤਿਆਰ ਕਰਨ ਵਾਸਤੇ ਉਹ ਕਰਿਆ ਗਿਆ ਅੱਛਾ ਵੀ ਇਹ ਅੱਡ ਅੱਡ ਕਿਵੇਂ ਰੱਖੇ ਹੋਏ ਜਿਵੇਂ ਆਹ ਫਿਰਦੇ ਆ ਤੇ ਆਹ ਫਿਰਦੇ ਆ ਆਹ ਸਾਰੀਆਂ ਕਬੂਤਰੀਆਂ ਨੇ ਇਧਰਲੀਆਂ ਆਪਣੀਆਂ ਵਿਚਾਲੇ ਵਾਲੀਆਂ ਆਹ ਸਾਰੇ ਕਬੂਤਰ ਨੇ ਵੱਡੇ ਠੀਕ ਹੈ ਉਹ ਪਰਾਂ ਛੱਡਣ ਵਾਲੇ ਕਬੂਤਰ ਜਿਹੜੇ ਅੱਜ ਕੀ ਰਹਿ ਗਏ ਅੱਛਾ ਜਿਹੜੇ ਉਹ ਪਰਲੇ ਉਸਦੇ ਵਿੱਚ ਫਿਰਦੇ ਆ ਆਪਾਂ ਬਾਹਰਲੇ ਪਾਸਿਓਂ ਦੇਖਦੇ ਆ ਕਿਉਂ ਵਿਚਲੇ ਪਾਸਿਓਂ ਨਹੀਂ ਉਹ ਹੁੰਦਾ ਹੁੰਦਾ ਹਨਾ ਮੰਨ ਲਾ ਵੀ ਅੰਦਰ 4 ਖੁੱਡੇ ਬਣਾਏ ਹੋਏ ਆ ਹਾਂ ਹਾਂ ਟਾਕੀਆਂ 4 ਨੇ ਅੱਛਾ ਟਾਕੀਆਂ 4 ਨੇ ਖੁੱਡੇ 3 ਨੇ ਕਬੂਤਰਾਂ ਦੇ ਵਿੱਚ ਮਹਿੰਗੇ ਤੋਂ ਮਹਿੰਗਾ ਕਬੂਤਰ ਕਿੰਨਾ ਕ ਵਿਕਿਆ ਹੋਇਆ
ਇਹ ਤਾਂ ਬਾਈ ਆਪੋ ਆਪਣੇ ਕਬੂਤਰ ਤੇ ਡਿਪੈਂਡ ਕਰਦਾ, ਕਬੂਤਰ ਐ ਨੀ ਪਤਾ 2-2 ਲੱਖ ਦੇ ਵੀ ਖਰੀਦੀ ਜਾਂਦਾ ਇੱਕ ਇੱਕ ਕਬੂਤਰ ਬੰਦਾ ਵਿੱਚ। ਅੱਛਾ ਹਾਂ, ਕਬੂਤਰ ਜਿਹੜੇ ਆਮ ਰੱਖੇ ਹੁੰਦੇ ਨੇ 2-2 ਸੌ ਦਾ ਵੀ ਮਿਲੀ ਜਾਂਦਾ। ਠੀਕ ਹੈ, ਸਾਰੇ ਤਰ੍ਹਾਂ ਦੇ ਆ ਇੱਥੇ ਲੋਕ। ਜਿਹੜੇ ਮੰਨ ਕੇ ਵੀ 2 ਲੱਖ ਦਾ ਕਬੂਤਰ ਵਿਕਿਆ ਹਨਾ, ਵੀ ਉਹ ਚ ਕੀ ਖਾਸੀਅਤ ਹੁੰਦੀ ਹੈ? ਜਿਵੇਂ ਉਹ ਚੰਗਾ ਹੁੰਦਾ ਨਸਲੋਂ ਜਾਂ ਬਾਜੀਆਂ ਬੂਜੀਆਂ ਵਾਹਵਾ ਜਿੱਤਿਆ ਹੁੰਦਾ ਵੀ ਨਾ ਬਣਿਆ ਹੁੰਦਾ, ਵੀ ਤਾਕੜਾ ਬੰਦੇ ਲੈਂਦਾ, ਮਾੜੇ ਬੰਦੇ ਤਾਂ ਬਸ ਦੀ ਗੱਲ ਨੀ। ਹਾਂ, ਬਾਕੀ ਇਹ ਵੀ ਗੱਲ ਆ ਹਨਾ ਵੀ ਜਿਹੜਾ ਕਬੂਤਰਾਂ ਦਾ ਸ਼ੌਂਕ ਹੈ ਇਹਨੂੰ ਸ਼ੌਂਕ ਨਾਲ ਵਧੀਆ ਬੰਦੇ ਹੀ ਰੱਖ ਸਕੂਗਾ। ਜਿਹੜੇ ਬੰਦੇ ਨੇ ਦਾਣਿਆਂ ਦਾ ਹਿਸਾਬ ਕਿਤਾਬ ਲਾਉਣਾ ਉਹ ਤਾਂ ਨਹੀਂ ਰੱਖ ਸਕਦਾ। ਪਹਿਲਾਂ ਬਹੁਤ ਸ਼ੌਂਕ ਘੱਟ ਸੀ ਲੋਕਾਂ ਨੂੰ, ਪਰ ਅੱਜ ਦੇ ਟਾਈਮ ਤਾਂ ਮੈਂ ਕਹਿੰਦਾ ਬਾਈ ਪੁੱਛੋ ਹੀ ਨਾ, ਹਰ ਪਿੰਡ ਪਿੰਡ ਘਰ ਘਰ ਕਬੂਤਰ ਹੋ ਗਏ। ਠੀਕ ਹੈ, ਹਾਂ ਸ਼ੌਂਕ ਬਹੁਤ ਜ਼ਿਆਦਾ ਵੱਧ ਗਿਆ। ਜਿਹੜੀ ਬਾਜੀ ਤੇ ਕਿਸੇ ਟਾਈਮ 15-15 ਕਬੂਤਰ ਮਸ਼ਾਂ ਹੁੰਦੇ ਸੀਗੇ, ਹੁਣ ਉਹ ਬਾਜੀਆਂ ਤੇ ਇੱਕ ਚਾਹੇ ਇੱਕ ਬਾਜੀ ਤੇ 500 ਕਰ ਲਓ ਇੰਨੇ ਕਬੂਤਰ ਹੋ ਜਾਣਗੇ। ਫਿਰ ਉਹ ਬਾਜੀ ਦਾ ਕੀ ਹਿਸਾਬ ਕਿਤਾਬ ਹੁੰਦਾ? ਮੰਨ ਕੇ ਲਓ ਵੀ ਉੱਥੇ ਜਿਵੇਂ ਐਂਟਰੀ ਕਰਾਉਣੀ ਹੋਵੇ, ਵੀ ਐਂਟਰੀਆਂ ਵਗੈਰਾ ਦਾ ਕੀ ਐਂਟਰੀ ਹੁੰਦੀ ਹੈ? ਹੁਣ ਤਾਂ ਤਕਰੀਬਨ ਬਾਈ ਕਲੱਬ ਬਣ ਗਏ ਸਾਰੇ ਤਰ੍ਹਾਂ ਦੇ। ਠੀਕ ਹੈ, ਹੁਣ ਮੰਨ ਕੇ ਚੱਲੋ ਕੋਈ 1200 ਐਂਟਰੀ ਵਾਲੇ ਵੀ ਬਣੇ ਹੋਏ ਨੇ, 1700 ਵਾਲੇ ਵੀ, 5200 ਵਾਲੇ ਵੀ, 10,500 ਵਾਲੇ ਵੀ, 15,000 ਵਾਲੇ, ਸਾਰੇ ਤਰ੍ਹਾਂ ਦੇ ਕਲੱਬ ਬਣੇ ਹੋਏ ਨੇ। ਉਹ ਪਹਿਲਾਂ ਹੀ ਐਂਟਰੀਆਂ ਹੋਈਆਂ ਨੇ 1 ਸਾਲ ਪਹਿਲਾਂ ਹੀ, ਬਾਜੀਆਂ ਲੰਘ ਗਈਆਂ। ਇਸ ਤੋਂ ਬਾਅਦ 10ਵੇਂ 11ਵੇਂ ਮਹੀਨੇ ਚ ਜਾਨੀ ਕਿ ਪੈਸੇ ਇਕੱਠੇ ਲੋਕ ਕਰਨੇ ਸ਼ੁਰੂ ਕਰ ਦਿੰਦੇ ਨੇ ਵਿੱਚ, ਵੀ ਐਂਟਰੀਆਂ ਪਹਿਲਾਂ ਫੜਨੀਆਂ ਤੇ ਕੋਈ ਮੌਕੇ ਤੇ ਲੈਂਦਾ ਕਿ ਕੋਈ ਕਿੱਦਾਂ ਡੁਆਡਾ ਗਾ। ਤੇ ਇਨਾਮ ਫਿਰ ਇਹਨਾਂ ਦੇ ਵਿੱਚ ਵੀ ਕਿੰਨਾ ਕਿੰਨਾ ਹੁੰਦਾ ਵੀ ਜਿਵੇਂ ਉਹ ਹੈ? ਇਨਾਮ ਵਿੱਚ ਲੋਕ ਤਾਂ ਕੀ ਕਰਦੇ ਨੇ ਵੀ ਮੰਨ ਕੇ ਚੱਲੋ ਦਿੰਦੇ ਨੇ, ਵਿੱਚੋਂ ਹੀ ਕੱਟ ਕੇ ਜਾਂਦੇ ਨੇ, ਕਈ ਤਰ੍ਹਾਂ ਦੇ ਲੋਕ ਹੈਗੇ ਇੱਦਾਂ ਦੇ। ਠੀਕ ਹੈ, ਤੇ ਪਰ ਜ਼ਿਆਦਾਤਰ ਜਿਵੇਂ ਹੁਣ ਲੁਧਿਆਣਾ ਏਰੀਆ ਹੋ ਗਿਆ ਜਾਂ ਮੋਗਾ ਏਰੀਆ ਹੋ ਗਿਆ, ਇੱਧਰਲੇ ਏਰੀਆ ਦੇ ਵਿੱਚ ਤਕਰੀਬਨ ਸਾਰੇ ਪੱਲਿਓ ਨਾਮ ਦਿੰਦੇ ਹੈਗੇ। ਠੀਕ, ਹਾਂ ਵੀ ਜਾਨੀ ਕਿ ਸਾਹ ਆਪਣੇ ਏਰੀਆ ਹੋ ਗਿਆ ਜਿਵੇਂ ਬਰਨਾਲਾ ਸੰਗਰੂਰ ਆ, ਵੀ ਕੋਈ ਕੀ ਕਹਿਣਾ ਕੋਈ ਟਾਮੀ ਪਿੰਡ ਹੈਗਾ ਜਿੱਥੇ ਵੀ ਜਾਨੀ ਕਿ ਵਿੱਚੋਂ ਕੱਟ ਕੇ ਦਿੰਦੇ ਆ, ਨਹੀਂ ਸਾਰੇ ਪੱਲਿਓ ਦਿੰਦਾ, ਕਿਤੇ ਟਰੈਕਟਰ ਗੱਡੀਆਂ, ਬਹੁਤ ਜ਼ਿਆਦਾ ਨਾਮ ਹੋ ਗਿਆ, ਮਤਲਬ ਵੱਡੇ ਵੱਡੇ ਉਹ ਪਹੁੰਚ ਚੁੱਕੇ ਨੇ ਹਨਾ, ਜਿਵੇਂ ਉਦੋਂ ਦੇਖਿਆ ਦੀ ਵੀ ਕਬੂਤਰ ਕਬੂਤਰਾਂ ਦੀ ਬਾਜੀ ਤੇ ਵੀ ਨਾਟਕਾਂ ਜਿੱਤਿਆ। ਸਹੀ ਗੱਲ ਹੈ। ਸੋ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਬਾਈ ਹੀਰੇ ਹਰੀਗੜ੍ਹ ਵਾਲੇ ਦਾ ਹਨਾ, ਤੇ ਬਹੁਤ ਬਹੁਤ ਧੰਨਵਾਦ ਬਾਈ ਹੀਰੇ ਤੇਰਾ। ਧੰਨਵਾਦ।